ਥਾਪੜੀ ਮਾਰ ਰਹੇ ਸੀਗੇ ਥਾਪੜੀ ਮਾਰ ਰਹੇ ਸੀਗੇ ਕਿਤੇ ਮਾਨ ਮਹਿਸੂਸ ਹੋ ਰਿਹਾ ਸੀ ਆਪਣੇ ਪੁੱਤ ਤੇ ਅੱਜ ਮੈਂ ਸਾਲੇ ਲਾਉਂ ਤੇਰੇ ਤੇ ਪਰ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ ਆਇਆ ਬਾਪੂ ਤੇਰਾ ਬੜਾਇਆ ਪਰ ਆਉਂ ਤੇਰੇ ਤੇ ਹੱਥਾਂ ਨੂੰ ਧੁੱਕ ਦਾ ਕਹਿਰੀ ਮੁੰਡੇ ਪਿੰਡ ਦੇ ਆਨਣੇ ਹੁਣੇ ਪਵਾਰੇ ਕੋਈ ਪਾਏਗੀ ਨਹੀਂ ਤੂੰ ਮੁੰਡਿਆਂ ਚਮਕੀਲੇ ਨੂੰ ਉਹ ਕੌਣ ਮਹਿੰਗੇ ਮਾਮਲੇ ਪਵਾਤੇ ਜੀ ਦੇ ਯਾਰੀ ਨੇ ਪਿੰਡ ਸੜਿਆ ਚ ਵੰਡਤਾ ਸੁਣਨੇ ਰਹਿਣੇ ਮਹਿਲ ਮੁਨਾਰੇ ਨਹੀਂ ਫਾਈਲਾਂ ਜੀ ਖੋਲ ਲੈਣ ਜੀ ਸਾਡੀਆਂ ਫਾਈਲਾਂ ਸੱਚੇ ਪਾਤਸ਼ਾਹ ਵਾਹਿਗੁਰੂ ਕੋਲੇ ਖੁੱਲੀਆਂ ਹੋਈਆਂ ਨੇ ਤੇ ਜਿੱਦਣ ਸਾਡੀ ਉਹਨੇ ਫਾਈਲ ਸਿੜਤੀ ਵਰ ਗਏ ਵੀ ਚੱਲ ਉਹਦੇ ਸਾਨੂੰ ਕੋਈ ਬਚਾ ਨਹੀਂ ਸਕਦਾ ਜੀ ਠੀਕ ਹੈ ਜੇ ਅਸੀਂ ਸੱਚੇ ਹਾਂ ਤਾਂ ਅਸੀਂ ਤੁਰੇ ਫਿਰਦੇ ਹਾਂ ਬਾਈ ਸਾਡੇ ਕੋਲ ਤਾਂ ਸਾਡਾ ਸਭ ਤੋਂ ਵੱਡਾ ਹਥਿਆਰ ਸਾਡਾ ਸੱਚ ਹੈ ਵੀ ਭਾਈ ਅਸੀਂ ਕਦੇ ਕਿਸੇ ਦਾ ਬੁਰਾ ਕਰਨਾ ਤੀ ਵੀ ਅਸੀਂ ਸੋਚਿਆ ਤੱਕ ਨਹੀਂ ਸਾਨੂੰ ਪਰਮਾਤਮਾ ਦੇ ਭਰੋਸਾ ਜੇ ਕਿਤੇ ਸਾਡੀ ਗਲਤੀ ਹੋਊਗੀ ਤਾਂ ਅਸੀਂ ਸਜ਼ਾ ਭੁਗਤਾਂਗੇ ਕਿੱਦਾਂ ਕਰਾਂ ਬਿਆਨ ਲੱਖਾਂ ਤਾਰਿਆਂ ਦੇ ਵਿੱਚੋਂ ਤੈਨੂੰ ਲੱਭਿਆ ਚੰਨ ਦਾ ਟੁਕੜਾ ਅੱਖਾਂ ਮੂਰੇ ਰਵੇ ਤੇਰਾ 24 ਘੰਟੇ ਮੁਖੜਾ ਇਸ ਗੱਲ ਦਾ ਮੈਂ ਤੇਰੇ ਉੱਤੇ ਰੱਖਦੀ ਬੜਾ ਮਾਨ ਐ ਮੁਹੱਬਤ ਤੇਰੀ ਲਫ਼ਜ਼ ਨਹੀਂ ਦੱਸ ਕਿੱਦਾਂ ਕਰਾਂ ਬਿਆਨ ਐ ਮੁਹੱਬਤ ਤੇਰੀ ਲਫ਼ਜ਼ ਨਹੀਂ ਦੱਸ ਕਿੱਦਾਂ ਕਰਾਂ ਬਿਆਨ ਐ ਲੋਕਾਂ ਦੀ ਤੈਨੂੰ ਨਜ਼ਰ ਤੋਂ ਮੈਂ ਲੁਕਾ ਕੇ ਰੱਖ ਲਵਾਂ ਬੁੱਕਲ ਆਪਣੀ ਦੇ ਵਿੱਚ ਸੁਪਾ ਕੇ ਰੱਖ ਲਵਾਂ Easy music. ਇੱਕ ਦੂਜੇ ਦੀਆਂ ਭੈਣਾਂ ਕੋਲੋਂ ਰੱਖੜੀ ਬਣਾਉਣ ਵਾਲੇ ਯਾਰ ਦੇਖੇ ਮੈਂ ਬਾਬਰਾਂ ਦੇ ਮੈਂ ਸਿੱਧੂ ਮੂਸੇਵਾਲ ਦਾ ਫਾਦਰ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਕਰਨੀਆਂ ਸੀ ਮੈਂ ਜੋ ਸੋਸ਼ਲ ਮੀਡੀਆ 'ਤੇ ਦੇਖ ਕੇ ਮੇਰਾ ਮਨ ਵੀ ਬਹੁਤ ਦੁਖੀ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਇਹਨਾਂ 'ਤੇ ਯਕੀਨ ਨਾ ਕਰੋ ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ ਮੇਰਾ ਕਿਸੇ ਇਲੈਕਸ਼ਨ ਦਾ ਕੋਈ ਮਨ ਨਹੀਂ ਹੈ ਬਸ ਤੁਸੀਂ ਦੁੱਖ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਕੋਟੀ ਕੋਟੀ ਧੰਨਵਾਦ ਬਾਕੀ ਮੇਰੀ ਤੁਹਾਡੀ ਸਾਰਿਆਂ ਦੇ ਚਰਨਾਂ 'ਚ ਇੱਕ ਬੇਨਤੀ ਹੈ 8 ਤਰੀਕ ਨੂੰ ਬੱਚੇ ਦਾ ਭੋਗ ਹੈ ਤੁਸੀਂ ਆਇਓ ਰਹਿੰਦੀਆਂ ਸਾਰੀਆਂ ਗੱਲਾਂ ਦਿਲ ਖੋਲ੍ਹ ਕੇ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਮੇਰਾ ਮਨ ਇਸ ਸਮੇਂ ਬਹੁਤਾ ਕੁਛ ਕਹਿਣ ਦੇ ਹਾਲਾਤ ਦੇ ਵਿੱਚ ਹੈ ਨਹੀਂ ਸੁਪਨੇ ਬੜੇ ਸਜਾਏ ਇੱਕ ਵੀ ਪੂਰਾ ਹੋਣ ਦੀ ਆਸ ਨਹੀਂ ਹੋ ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀਂ ਰੱਬਾ ਤੇਰੀ ਦੁਨੀਆ ਕੋਈ ਖਾਸ ਏਮ ਨਹੀਂ ਜ਼ਿੰਦਗੀ ਦਾ ਮੈਂ ਟਾਰਗੇਟ ਹਾਂ ਆਬਾਦੀ ਦਾ ਅੱਜ ਮਰਦਾ ਭਾਵੇਂ ਕੱਲ੍ਹ ਮਰ ਜਾ ਮੈਨੂੰ ਖੌਫ ਨਹੀਂ ਬਰਬਾਦੀ ਦਾ ਥੋੜ੍ਹਾ ਟਾਈਮ ਗਾ ਲਈਏ ਬਣਾ ਲਈ ਪਰ ਜਦੋਂ ਵੀ ਮੁੱਕ ਵੀ ਜਾਵਾਂ ਮਰ ਵੀ ਜਾਵਾਂ ਉਦੋਂ ਬਾਅਦ ਵੀ ਥੋਕ ਯਾਦ ਕਰਨ ਵੀ ਸੀ ਆਇਆ ਸੀ